ਦੇਖ ਕੇ ਯਾਰ ਬੜਾ ਖੂਨ ਸਾਡਾ ਵਾਧਾ ਵਾ ਉਦੋਂ ਜਦੋਂ ਸਾਡਾ ਸਿੱਖ ਭਰਾ ਅੰਮ੍ਰਿਤਧਾਰੀ ਸਿੰਘ ਜਦੋਂ ਇੱਦਾਂ ਦੇ ਕੰਮ ਕਰਦੇ ਆ। 18 ਸਾਲ ਹੋ ਗਏ ਇਹ ਕੰਮ ਕਰਦੇ, ਇਹ ਕੰਮ ਕਰਦੇ ਨੂੰ ਇੱਥੇ ਆਪਣਾ ਪੱਕਾ ਅੱਡਾ। ਉਹ ਆਈਟਮਾਂ ਇਹੀ ਨੇ ਬਸ, ਇੱਕ ਇਮਾਨਦਾਰੀ ਇੱਕ ਸੁੱਚਮ ਜੀ ਵੀ ਪੰਜਾਬੀ ਬੰਦੇ ਕੰਮ ਕਰਕੇ ਰਾਜ਼ੀ ਨਹੀਂ ਹੈਗੇ, ਨਸ਼ਿਆਂ ਦੇ ਵਿੱਚ ਬੜੇ ਹੋਏ ਨੇ, ਪੈਸੇ ਦਾ ਮਾਰਾ ਨਹੀਂ ਖੜਾ। ਮੈਂ ਇੱਕ ਸਾਫ ਸੁਥਰੀ ਚੀਜ਼ ਖਵਾਉਣਾ ਚਾਹੁੰਦਾ ਗਾ ਹਰੇਕ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੌਜੂਦ ਹਾਂ ਅਸੀਂ। ਜਦੋਂ ਪੂਰੇ ਇਸ ਰੋਡ ਦੇ ਉੱਪਰ ਘੁੰਮਦੇ ਫਿਰਦੇ ਸੀ ਤਾਂ ਸਾਡੀ ਨਿਗਾਹ ਪਈ ਵੀਰ ਖਾਲਸਾ ਨਾਮ ਰੱਖਿਆ ਬਾਈ ਨੇ ਜੱਗੀ ਫਾਸਟ ਫੂਡ। ਤਾਂ ਅਸੀਂ ਹੁਣ ਵੀਰ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਜਿਵੇਂ ਅੰਮ੍ਰਿਤਧਾਰੀ ਸਿੰਘ ਹੋ ਜੱਗੀ ਖਾਲਸਾ ਰੱਖਿਓ ਬਾਈ ਜੀ ਨੂੰ, ਠੀਕ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਠੀਕ ਠਾਕ ਹੋ ਜੀ? ਹਾਂ ਬਹੁਤ ਵਧੀਆ, ਬੜਾ ਵਧੀਆ ਬਾਈ। ਤੁਸੀਂ ਆਹ ਕੰਮ ਕੀਤਾ ਸ਼ੁਰੂ, ਬੜੀ ਖੁਸ਼ੀ ਵਾਲੀ ਗੱਲ ਆ ਇਹ। ਹਾਂਜੀ, ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਯਾਰ ਸਾਡੇ ਪੰਜਾਬੀ ਕਿਉਂ ਨਹੀਂ ਇਹ ਕੰਮ ਕਰਦੇ, ਪ੍ਰਵੇਸੀ ਮਜ਼ਦੂਰ ਆ ਜਿਹੜੇ ਰੇਹੜੀਆਂ ਲਾ ਲਾ ਕੇ ਕੁਲਚਿਆਂ ਦੀਆਂ ਬਰਗਰਾਂ ਦੀਆਂ ਖੜਦੇ ਨੇ। ਤੁਹਾਨੂੰ ਦੇਖ ਕੇ ਯਾਰ ਬੜਾ ਖੂਨ ਸਾਡਾ ਵਾਧਾ ਵਾ ਉਦੋਂ ਜਦੋਂ ਸਾਡਾ ਸਿੱਖ ਭਰਾ ਅੰਮ੍ਰਿਤਧਾਰੀ ਸਿੰਘ ਜਦੋਂ ਇੱਦਾਂ ਦੇ ਕੰਮ ਕਰਦੇ ਆ। ਮੈਨੂੰ ਹੋ ਗਏ ਜੀ ਸਰ ਜੀ 17-18 ਸਾਲ ਹੋ ਗਏ ਇਹ ਕੰਮ ਕਰਦੇ, ਇਹ ਕੰਮ ਕਰਦੇ ਨੂੰ ਇੱਥੇ ਆਪਣਾ ਪੱਕਾ ਅੱਡਾ ਵਧੀਆ। ਹੋਰ ਵੀ ਕਈਆਂ ਨੇ ਲੈ ਕੇ ਗਏ ਨੇਗੇ, ਆਪਣੇ ਫੇਸਬੁੱਕ 'ਤੇ ਪਾਈਆਂ ਨੇਗੀਆਂ ਅਤੇ ਵਧੀਆ ਐਨ ਸਾਰਾ ਸ਼ਹਿਰ ਆਉਂਦਾ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਗੜਸ਼ੰਕਰ, ਅਸੀਂ ਵੀ ਲੁਧਿਆਣੇ ਆਇਆ ਵੀਰ। ਇਹ ਸਾਰੇ ਆਪਣੇ ਕੋਲ ਫਗਵਾੜਾ, ਰਾਮਾ ਮੰਡੀ, ਸਾਰੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ। ਵਧੀਆ ਸਾਫ਼ ਸੁਥਰੀ ਚੀਜ਼ ਆ, ਕੋਈ ਇਮਾਨਦਾਰੀ ਨਾਲ ਕੰਮ ਕਰ ਰਿਹਾ, ਕੋਈ ਕਿਸੇ ਦਾ ਪੈਸਾ 5 ਰੁਪਏ ਫਾਲਤੂ ਨਹੀਂ ਲੈਣਾ, ਨਾ ਕਿ ਅੱਜ ਤੱਕ ਕਿਸੇ ਤੋਂ ਲਿਖਤਾ ਜੀ। ਜਿਵੇਂ ਹੁਣ ਤੁਸੀਂ ਖਾਲਸਾ ਸਾਜ ਗਏ ਹੋ, ਇਹ ਰੇਹੜੀ 'ਤੇ ਫਿਰ ਲਾਉਣ ਤੋਂ ਬਾਅਦ ਵਿੱਚ ਹੋਇਆ? ਨਹੀਂ ਜੀ, ਖਾਲਸਾ ਜੀ ਆਪਾਂ ਪਹਿਲਾਂ ਵੀ ਬਣੇ ਹੋਏ ਹਾਂਗੇ, ਹੋ ਗਏ ਘੱਟੋ ਘੱਟ 20 ਸਾਲ ਹੋ ਗਿਆ ਮੈਨੂੰ ਸਿੱਖੀ ਦੇ ਨਾਲ। ਹਾਂਜੀ ਹਾਂਜੀ, ਬਹੁਤ ਵੱਡੀ ਗੱਲ ਆ ਬਾਈ। ਹਾਂਜੀ, ਇੱਕ ਤਾਂ ਤੁਸੀਂ ਨਸ਼ਿਆਂ ਤੋਂ ਬਚ ਕੇ ਆ ਨਾ, ਅਤੇ ਦੂਜਾ ਮੈਂ ਦੇਖਿਆ ਵਾ ਤੁਹਾਡੇ ਕੋਲ ਪਹਿਲਾਂ ਬਹੁਤ ਕਾਫੀ ਸੀਗਾ ਇਕੱਠ, ਤਾਂ ਅਸੀਂ ਤੁਹਾਤੋਂ ਸਮਾਂ ਮੰਗਦੇ, ਤੁਸੀਂ ਕਹਿੰਦੇ ਵੀਰੇ ਵੀ ਗਾਹਕਾਂ ਨੂੰ ਤੋਲ ਲਈਏ ਫਿਰ ਬਾਅਦ 'ਚ ਗੱਲ ਕਰਦੇ ਹਾਂ ਨਾ, ਤਾਂ ਵਧੀਆ ਗੱਲ ਆ ਵੀਰ ਸਾਡਾ। ਅਸੀਂ ਤਾਂ ਇਹੀ ਗੱਲ ਤਾਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਪੰਜਾਬ ਦੀ ਧਰਤੀ 'ਤੇ ਰਹਿ ਕੇ ਕੰਮ ਕਰਨ, ਚਾਹੇ ਘੱਟ ਕਰ ਲੈਣ। ਅਤੇ ਅੱਜ ਤੁਹਾਨੂੰ ਦੇਖ ਕੇ ਸਾਨੂੰ ਵਧੀਆ ਲੱਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਧਰਤੀ 'ਤੇ ਖਾਲਸਾ ਸਾਜਿਆ ਉਸ ਧਰਤੀ 'ਤੇ ਤੁਸੀਂ ਖੜ੍ਹੇ ਹੋ, ਅਤੇ ਵੱਡੀ ਗੱਲ ਆ ਬਾਈ। ਅਤੇ ਸਰ ਬਾਕੀ ਇਹ ਗੱਲ ਆ ਕਿ ਨਾ ਆਪਣੇ ਵੀ ਪੰਜਾਬੀ ਬੰਦੇ ਕੰਮ ਕਰਕੇ ਰਾਜ਼ੀ ਨਹੀਂ ਹੈਗੇ, ਨਸ਼ਿਆਂ ਦੇ ਵਿੱਚ ਬੜੇ ਹੋਏ ਨੇ, ਹਰੇਕ ਨਸ਼ਿਆਂ ਦੇ ਵਿੱਚ ਲੱਗਿਆ ਹੋਇਆ ਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਜਾਵੇ, ਸੱਚੇ ਦਿਲੋਂ ਗੁਰੂ ਘਰ ਵਿੱਚ ਤੜਕੇ ਉੱਠ ਕੇ ਜਾਇਆ ਜਾਵੇ, ਤਾਂ ਯਾਰ ਗੁਰੂ ਜ਼ਰੂਰ ਬਖਸ਼ੂਗਾ ਸਾਨੂੰ। ਅਸੀਂ ਸਵੇਰੇ ਸੀਸਗੰਜ ਗੁਰਦੁਆਰੇ ਦੇ ਵਿੱਚ ਅਰਦਾਸ ਦੇ ਵਿੱਚ ਜਾਂਦੇ ਹਾਂ ਜੀ, ਸਵੇਰੇ 4:30 ਵਾਲੀ ਅਰਦਾਸ ਹੁੰਦੀ ਆ, ਕੇਸਗੜ੍ਹ ਬੈਕ ਸਾਈਡ ਮੇਰਾ ਘਰ ਹੈਗਾ। ਠੀਕ ਹੈ ਜੀ। ਅਤੇ ਪਹਿਲਾਂ ਦੋਨੇ ਟਾਈਮ ਕੇਸਗੜ੍ਹ ਜਾਈਦਾ ਸੀਗਾ ਅਤੇ ਸੀਸਗੰਜ ਵਿੱਚ ਜਾਈਦਾ ਸੀ, ਹੁਣ ਇੱਕੋ ਟਾਈਮ ਜਾਈਦਾ ਗਾ ਜੀ, ਉਮਰ ਦਾ ਥੋੜ੍ਹਾ ਜਿਹਾ ਫਰਕ ਪੈ ਗਿਆ ਜ਼ਿਆਦਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨੇੜੇ ਤੁਹਾਡਾ ਘਰ ਆ? ਆਪਣਾ ਘਰ ਜੀ, ਦਸਵੇਂ ਪਾਤਸ਼ਾਹ ਦੀ ਗੋਦੀ 'ਚ ਬੈਠੇ ਹੋ ਜੀ? ਹਾਂਜੀ, ਆਪਣੀ ਕੰਧ ਸਾਂਝੀ ਆ। ਦੂਜੇ ਨੰਬਰ 'ਤੇ ਮੇਰਾ ਜਮਾਂ ਬੈਕ ਸਾਈਡ ਘਰ ਆ ਕੇਸਗੜ੍ਹ ਤਖ਼ਤ ਦੇ ਨਾਲ ਜੀ, ਬਿਲਕੁਲ ਠੀਕ ਹੈ। ਅਤੇ ਬੇਟਾ ਮੇਰਾ ਤਖ਼ਤ ਦੇ ਵਿੱਚ ਹੀ ਰਹਿੰਦਾ ਗਾ, ਡਿਊਟੀ ਕਰਦਾ, ਪਹਿਲਾਂ ਮੈਂ ਵੀ ਡਿਊਟੀ ਕਰਦਾ ਸੀ ਜੀ ਕੇਸਗੜ੍ਹ ਤਖ਼ਤ ਦੇ ਵਿੱਚ, ਉੱਥੋਂ ਛੱਡ ਕੇ ਮੈਨੂੰ 18 ਸਾਲ ਹੋ ਗਏ ਜੀ ਆਹ ਕੰਮ ਕਰਦੇ ਨੂੰ। ਠੀਕ ਹੈ। ਕਮੇਟੀ 'ਚੋਂ ਹਟਿਆ ਪਹਿਲਾਂ ਮੈਂ। ਠੀਕ ਹੈ। ਵਧੀਆ, ਮੈਨੂੰ ਚੰਗਾ ਲੱਗਿਆ ਵੀ ਮੈਂ ਸਭ ਦੀ ਗੁਰੂ ਲੋਕਾਂ ਦੀ ਸੰਗਤ ਦੀ ਸੇਵਾ ਕਰਾਂ ਜੀ। ਵੱਡੀ ਗੱਲ ਆ ਵੀਰ। ਬਸ ਮੇਰੇ ਕੋਲ ਦੋ ਆਈਟਮਾਂ ਇਹੀ ਨੇ, ਬਸ ਇੱਕ ਇਮਾਨਦਾਰੀ ਇੱਕ ਸੁੱਚਮ ਜੀ, ਬਸ ਦੋ ਆਈਟਮਾਂ ਮੇਰੇ ਕੋਲ ਨੇ। ਮੇਰੇ ਕੋਲ ਹੋਰ ਮੈਂ ਪੈਸੇ ਦਾ ਮਾਰਾ ਨਹੀਂ ਖੜਾ,
ਮੈਂ ਵੀ ਇੱਕ ਸਾਫ਼ ਸੁਥਰੀ ਚੀਜ਼ ਖਵਾਉਣਾ ਚਾਹੁੰਦਾਗਾ ਹਰੇਕ ਨੂੰ, ਪਰ ਫਿਰ ਵੀ ਲੋਕ ਚਾਹੁੰਦੇ ਨੀ, ਦੂਜੇ ਪਾਸੇ ਨੂੰ ਵੱਧ ਜਾਂਦੇ ਨੇ ਜੀ, ਆਪਣੇ ਭਰਾ ਨੂੰ ਨੀ ਚੱਕਦੇ ਬਾਹਰੋਂ ਆ ਕੇ ਗੰਦ ਮੰਦ ਖਾਉਂਦੇ ਆ, ਉਹੀ ਖਾ ਕੇ ਖੋਦਨੇ ਆ ਨਾ। ਹਾਂਜੀ ਵਧੀਆ ਗੱਲ ਆ ਜੀ। ਤੇ ਇੱਕ ਬਾਈ ਜੀ, ਹੁਣ ਜਿਵੇਂ ਤੁਹਾਡੇ ਸਾਰੇ ਆ ਵੀਡੀਓ ਦੇਖਣ ਵਾਲੇ ਨੇ ਜੋ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਘਰ ਮੱਥਾ ਟੇਕਣ ਲਈ ਆਉਣਗੇ, ਤਾਂ ਉਹਨਾਂ ਨੂੰ ਆਪਦਾ ਜਿੱਥੇ ਤੁਸੀਂ ਖੜੇ ਹੋ ਇਹ ਕਿਹੜਾ ਰੋਡ ਆ ਜੀ, ਉਹਦੇ ਸਾਰੀ ਜਾਣਕਾਰੀ ਦੇ। ਇਹ ਕਚਹਿਰੀ ਰੋਡ ਆ ਜੀ। ਠੀਕ ਆ ਜੀ। ਜਿਹੜਾ ਕਚਹਿਰੀ ਰੋਡ ਵੱਜਦਾ ਆਪਣਾ ਨੈਣਾ ਦੇਵੀ ਵਾਲਾ ਟੀ ਪੈਂਟ, ਨੈਣਾ ਦੇਵੀ ਵਾਲਾ ਰੋਡ, ਇਹ ਨੈਣਾ ਦੇਵੀ ਨੂੰ ਜਾਂਦਾ ਜੀ, ਨੈਣਾ ਦੇਵੀ ਰੋਡ ਤੋਂ ਕਚਹਿਰੀਆਂ ਨੂੰ ਜਿਹੜਾ ਰੋਡ ਮੋੜਦਾ ਉਹਦੇ ਤੁਸੀਂ ਐਨ ਖੂੰਜੇ ਤੇ ਖੜੇ ਹੋ ਜੀ। ਖੂੰਜੇ ਤੇ ਖੜਿਆ ਜੀ, ਆਪਾਂ ਤਖਤ ਦੇ ਨੇੜੇ ਲੱਗਦਾ ਜੀ। ਠੀਕ ਆ ਜੀ। ਤਖਤ ਦੇ ਨੇੜੇ ਆ, ਕੋਈ ਜ਼ਿਆਦਾ ਦੂਰ ਨਹੀਂ ਹੈਗਾ। ਠੀਕ ਆ ਜੀ। ਬਾਕੀ ਬਾਈ ਜੀ, ਜਿਹੜੇ ਸਾਡੇ ਦੇਖਣ ਵਾਲੇ ਉਹਨਾਂ ਨੂੰ ਨੰਬਰ ਵੀ ਦੱਸ ਦਿਓ ਯਾਰ, ਮੋਬਾਈਲ ਫੋਨ ਫਾਨ ਕਰਕੇ ਆ ਜਾ ਕਰਨਗੇ ਉਹ। ਕੋਈ ਗੱਲ ਨਹੀਂ ਸਰ ਜੀ, ਆਪਣੇ ਕੋਲੇ ਤਾਂ ਬਹੁਤ ਦੂਰ ਦੂਰ ਦਿੱਲੀ ਤੱਕ ਦੇ ਆਉਂਦੇ ਨੇ, ਇੱਧਰ ਮੋਹਾਲੀ ਚੰਡੀਗੜ੍ਹ ਸਾਰਾ ਮੇਰੇ ਕੋਲੇ ਆ। ਮੈਂ ਇੱਥੇ 18 ਸਾਲ ਹੋ ਗਿਆ, ਮੇਰਾ ਘਰ ਕੇਸਗੜ੍ਹ ਦੇ ਨਾਲ ਬੈਕ ਸਾਈਡ ਹੈਗਾ, ਮੈਂ ਉੱਥੇ ਵੀ ਕੰਮ ਕਰ ਸਕਦਾ। ਅਤੇ ਨੰਬਰ ਮੇਰਾ 84277 ਜੀ, 2086 ਜੀ। ਭਾਈ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਚੱਲ ਰਿਹਾ, ਜ਼ਰੂਰ ਇੱਕ ਵਾਰੀ ਸੰਪਰਕ ਕਰੋ ਜਦੋਂ ਵੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਂਦੇ ਹੋ। ਬਾਈ ਕੋਲੇ ਜੱਗੀ ਖਾਲਸਾ ਨਾਂ ਦੇ ਕੇ ਚੱਲਿਆ, ਬਾਈ ਨੂੰ ਇਕੱਲਾ ਜੱਗੀ ਲਿਖੀ ਫਿਰਦੇ ਸੀ ਬਾਈ, ਖਾਲਸਾ ਜ਼ਰੂਰ ਲਿਖਿਓ ਨਾਲ ਯਾਰ। ਖਾਲਸਾ ਲਿਖਾਂਗੇ ਜੀ ਜ਼ਰੂਰ ਪੱਕੀ। ਮੈਂ ਕਿਹਾ ਸੀਗਾ ਜੀ ਬੈਨਰਾਂ ਵਾਲੇ ਨੂੰ, ਫੋਟੋ ਭੇਜੀ ਬੇਟੇ ਨੇ, ਉਹਨੇ ਖਾਲਸਾ ਜੀ ਨਹੀਂ ਲਿਖਿਆ ਹੈਗਾ। ਮੈਂ ਪਹਿਲੇ ਹੀ ਕਹਿਣਾ ਚਾਹੁੰਦਾ ਸੀਗਾ ਵੀ ਖਾਲਸਾ ਜੀ ਲਿਖਣਾ ਆਪਾਂ ਨੇ, ਜਦੋਂ ਹੈਗੀ ਖਾਲਸੇ ਆ ਜੀ ਸਰ ਜੀ, ਆਪਾਂ ਖਾਲਸੀ ਰਹਿਣਾ। ਜਾਣਕਾਰੀ ਦੇਣ ਲਈ ਧੰਨਵਾਦ ਬਹੁਤ ਬਹੁਤ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਕੌਲਾਂ ਵਾਲੇ ਟਾਪ ਟੋਬੇ ਨੂੰ ਮੇਰੇ ਖਿਆਲ ਸੜਕ ਜਾਂਦੀ ਹੈ, ਇੱਥੋਂ ਕਚਹਿਰੀਆਂ ਨੂੰ ਮੁੜਦੀ ਆ, ਐਨ ਖੂੰਜੇ ਦੇ ਉੱਤੇ ਵੀਰ ਖੜੇ ਨੇ ਜੱਗੀ ਖਾਲਸਾ, ਕੌਲਚਿਆਂ ਦੀ ਰੇਹੜੀ ਲਾਉਂਦੇ ਨੇ, ਅਤੇ ਜ਼ਰੂਰ ਤੁਸੀਂ ਹਮੇਸ਼ਾ ਇਹਨਾਂ ਕੋਲ ਆਓ। ਸਾਫ਼ ਸੁਥਰੀ ਯਾਰ ਕੰਮ ਕਰਦੇ ਆ, ਵਧੀਆ ਘਿਓ ਘੂ ਵਧੀਆ ਸਾਫ਼ ਸੁਥਰਾ ਵਰਤਦੇ ਨੇ, ਤਾਂ ਜ਼ਰੂਰ ਇਹਨਾਂ ਕੋਲ ਆਇਓ, ਅਤੇ ਗਾਹਕ ਵੀ ਆ ਗਏ ਨੇ। ਕੈਮਰਾਮੈਨ ਵੀਰ ਨੂੰ ਕਹਿਣਾ ਸਾਰੇ ਪਾਸੇ ਮਾਰ ਦਿਓ, ਤੁਸੀਂ ਦੇਖ ਲਓ ਜੱਗੀ ਖਾਲਸੇ ਕੋਲ ਕਿੰਨਾ ਇਕੱਠਾ ਹੋਣਾ ਵੀ ਚਾਹੀਦਾ ਵਾ, ਕਿਉਂਕਿ ਜਦੋਂ ਮਿਹਨਤ ਕਰਦਾ ਕੋਈ ਸਾਫ਼ ਸੁਥਰਾ ਕੰਮ ਕਰਦਾ, ਵਧੀਆ ਘਿਓ ਵਧੀਆ ਜਿਹੜਾ ਸਮਾਨ ਵਿੱਚ ਪਾਉਂਦੇ ਨੇ ਵਰਤਦੇ ਨੇ, ਤਾਂ ਇੱਦਾਂ ਹੀ ਆਉਣਾ ਵੀ ਚਾਹੀਦਾ, ਜ਼ਰੂਰ ਤੁਸੀਂ ਵੀ ਦਰਸ਼ਨ ਦਿਓ। ਇੱਥੇ ਗੱਲ ਸਮਾਪਤ ਕਰੂੰਗਾ, ਪੱਤਰਕਾਰ ਦੇਵ ਸਰਾਭਾ, ਕੈਮਰਾਮੈਨ ਅਮਨ ਸੂਜਾਪੁਰੀਆ, ਧੰਨਵਾਦ।